ਅਜਿਹਾ ਸ਼ਹਿਰ ਜਿੱਥੇ ਲੋਕਾਂ ਨੂੰ ਰੋਜ਼ ਦਿਖਦੇ ਨੇ ਭੂਤ। ਇਸ ਪਿੰਡ ਚ ਭੂਤਾਂ ਦਾ ਅਜਿਹਾ ਡਰ ਪਿੰਡ ਹੋ ਗਿਆ ਵੀਰਾਨ। 100 ਘਰਾਂ ਵਾਲਾ ਪਿੰਡ ਹੋਇਆ ਉਜਾੜ। ਸਿਰਫ 4 ਲੋਕ ਹੀ ਬਚੇ ਪੂਰੇ ਪਿੰਡ ਚ। ਕਿੱਸੇ ਕਹਾਣੀਆਂ ਭੂਤਾਂ ਨੂੰ ਲੈ ਕੇ ਬਹੁਤ ਸਾਰੇ ਨੇ, ਬਹੁਤ ਸਾਰੇ ਅਜਿਹੇ ਕਿੱਸੇ ਨੇ ਜਿੱਥੇ ਅੱਜ ਵੀ ਲੋਕ ਜੋ ਨੇ ਉਹਨਾਂ ਥਾਵਾਂ 'ਤੇ ਜਾਣ ਤੋਂ ਡਰਦੇ ਨੇ। ਪਰ ਇੱਕ ਅਜਿਹਾ ਪਿੰਡ ਹੈ, ਭਾਰਤ ਦਾ ਹੀ ਅਜਿਹਾ ਪਿੰਡ ਹੈ ਜਿੱਥੇ ਪੂਰਾ ਪਿੰਡ ਇਸ ਵੇਲੇ ਵੀਰਾਨ ਹੋ ਚੁੱਕਾ ਅਤੇ ਉੱਥੇ ਭੂਤ ਹੀ ਭੂਤ ਨੇ। ਸਿਰਫ 4 ਜਿਉਂਦੇ ਲੋਕ ਉਸ ਪਿੰਡ ਦੇ ਵਿੱਚ ਨੇ। ਸਾਰਾ ਪਿੰਡ ਉੱਜੜ ਗਿਆ, ਸਾਰਾ ਪਿੰਡ ਵੀਰਾਨ ਹੋ ਗਿਆ। ਇੱਥੇ ਲੋਕਾਂ ਦੇ ਅੱਗੇ ਆਪਣੇ ਆਪ ਭੂਤ ਆ ਜਾਂਦੇ ਨੇ, ਤਾਂ ਇਹ ਪੂਰੇ ਪਿੰਡ ਦੇ ਕੋਲੋਂ ਲੰਘਣ ਤੋਂ ਵੀ ਲੋਕ ਡਰਦੇ ਨੇ। ਸੋ ਕਿਹੜਾ ਪਿੰਡ ਹੈ, ਕਿਵੇਂ ਇਹ ਪਿੰਡ ਉਜੜ ਗਿਆ, ਕਿਵੇਂ ਇੱਥੇ ਦੇ ਲੋਕਾਂ ਜੋ ਨੇ ਉਹ ਛੱਡ ਕੇ ਚਲੇ ਗਏ ਜਾਂ ਉਹਨਾਂ ਦੀ ਮੌਤ ਹੋ ਗਈ, ਕਿਵੇਂ ਸਿਰਫ 4 ਲੋਕ ਇਸ ਪਿੰਡ 'ਚ ਬਚੇ ਨੇ, ਆਓ ਦੇਖਦੇ ਹਾਂ ਪੂਰੀ ਰਿਪੋਰਟ। ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦਾ ਚੌਕਾ ਪਿੰਡ। ਇੱਥੇ 15 ਸਾਲ ਪਹਿਲੇ ਤੱਕ 100 ਘਰਾਂ ਵਾਲੇ ਪਰਿਵਾਰ ਰਹਿੰਦੇ ਸੀ, ਪਰ ਹੁਣ ਸਿਰਫ 4 ਲੋਕ ਰਹਿੰਦੇ ਨੇ। ਇਸ ਪਲਾਇਣ ਦਾ ਕਾਰਨ ਬੜਾ ਹੀ ਚੌਂਕਾਉਣ ਵਾਲਾ ਹੈ। ਸਥਾਨਕ ਲੋਕਾਂ ਦੀ ਮੰਨੀਏ ਤਾਂ ਇਸ ਪਿੰਡ ਦੇ ਵਿੱਚ ਲਗਾਤਾਰ ਜੋ ਘਟਨਾਵਾਂ ਹੋ ਰਹੀਆਂ ਨੇ, ਉਹਨਾਂ ਨੇ ਲੋਕਾਂ ਦੇ ਵਿੱਚ ਭੂਤ ਪ੍ਰੇਤ ਤੇ ਅਣਹੋਣੀ ਹੋਣ ਦਾ ਸ਼ੱਕ ਪਾ ਦਿੱਤਾ। ਹੌਲੀ ਹੌਲੀ ਪੂਰਾ ਪਿੰਡ ਪਤਨ ਦੇ ਵੱਲ ਵੱਧ ਗਿਆ। ਜਿਨ੍ਹਾਂ ਦੇ ਇੱਥੇ ਘਰ ਨੇ ਉਹ ਘਰ ਵੀ ਡਿੱਗਦੇ ਜਾ ਰਹੇ ਨੇ। ਇਹ ਪਿੰਡ ਉੱਤਰ ਪ੍ਰਦੇਸ਼ ਦੀ ਸੀਮਾ ਦੇ ਨਾਲ ਸੱਜਿਆ ਹੋਇਆ, ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਸੋ ਜਾਣਦੇ ਹਾਂ ਕੀ ਕਹਿੰਦੇ ਨੇ ਪਿੰਡ ਵਾੜੇ ਤੇ ਵੀਰਾਨ ਪਏ ਘਰ। ਦੱਸ ਦਈਏ ਕਿ ਭੂਤ ਪ੍ਰੇਤ ਦੇ ਡਰ ਦੀ ਵਜ੍ਹਾ ਤੋਂ ਲੋਕ ਬਿਮਾਰ ਹੋਣ ਲੱਗੇ ਤਾਂ ਪਿੰਡ ਛੱਡ ਕੇ ਦੂਰ ਚਲੇ ਗਏ। ਹਾਲਾਂਕਿ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਪਰ ਲੋਕਾਂ ਦੇ ਕਥਨ ਤੇ ਵੀਰਾਨ ਪਿੰਡ ਦੇ ਹਾਲਾਤ ਤੁਹਾਨੂੰ ਆਪ ਹੀ ਦਿਖ ਰਹੇ ਹੋਣਗੇ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਭੂਤ ਪ੍ਰੇਤ ਤੇ ਆਤਮਾਵਾਂ ਦਾ ਢੇਰ ਹੈ। ਇਹੀ ਵਜ੍ਹਾ ਹੈ ਕਿ ਪੂਰਾ ਦਾ ਪੂਰਾ ਪਿੰਡ ਇਸ ਵੇਲੇ ਖਾਲੀ ਹੋ ਗਿਆ। ਇਹ ਪਿੰਡ ਛਤਰਪੁਰ ਤੋਂ ਕਰੀਬ 40 ਕਿਲੋਮੀਟਰ ਦੂਰ ਹੈ। ਚੌਕਾ ਪਿੰਡ 15 ਸਾਲ ਪਹਿਲੇ ਤੱਕ ਆਬਾਦ ਸੀ। ਪਿੰਡ ਦੇ ਅੰਦਰ ਲਗਭਗ 100 ਮਕਾਨ ਬਣੇ ਹੋਏ ਸੀ। ਪਿੰਡ ਦੀ ਆਬਾਦੀ ਵੀ ਕਰੀਬ 400 ਸੀ, ਤਾਂ ਸਭ ਕੁਝ ਠੀਕ ਚੱਲ ਰਿਹਾ ਸੀ। ਫਿਰ ਅਚਾਨਕ ਪਿੰਡ ਦੇ ਵਿੱਚ ਲੋਕਾਂ ਨੂੰ ਅਣਜਾਣ ਸਾਏ ਦਿਖਣ ਲੱਗੇ। ਪਿੰਡ ਦੇ ਵਿੱਚ ਰਹਿਣ ਵਾਲੇ ਲੋਕ ਬਿਮਾਰ ਹੋਣ ਲੱਗੇ, ਕਈ ਲੋਕਾਂ ਦੀ ਮੌਤ ਤੱਕ ਹੋ ਗਈ, ਜਿਸ ਤੋਂ ਬਾਅਦ ਪਿੰਡ ਖਾਲੀ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਿੰਡ ਦੀਆਂ ਮਹਿਲਾਵਾਂ ਵੀ ਅਜੀਬੋ ਗਰੀਬ ਹਰਕਤਾਂ ਕਰਨ ਲੱਗੀਆਂ। ਬੱਚਿਆਂ ਨੂੰ ਲੈ ਕੇ ਬੁੱਢੇ ਅਤੇ ਜਵਾਨ ਵੀ ਬਿਮਾਰ ਹੋ ਰਹੇ ਸੀ। ਲੋਕ ਸਮਝ ਹੀ ਨਹੀਂ ਪਾ ਰਹੇ ਸੀ ਕਿ ਆਖਿਰ ਅਚਾਨਕ ਅਜਿਹਾ ਹੋ ਕੀ ਗਿਆ। ਫਿਰ ਦੇਖਦੇ ਹੀ ਦੇਖਦੇ ਪੂਰਾ ਪਿੰਡ ਖਾਲੀ ਹੋ ਗਿਆ। ਅੱਜ ਵੀ ਪਿੰਡ ਦੇ ਵਿੱਚ ਆਉਣ ਤੋਂ ਲੋਕ ਕਤਰਾਉਂਦੇ ਨੇ, ਉਹਨਾਂ ਦੇ ਮਨ ਦਾ ਡਰ ਖਤਮ ਹੀ ਨਹੀਂ ਹੋ ਰਿਹਾ। ਪਿੰਡ ਦੇ ਵਿੱਚ ਰਹਿਣ ਵਾਲੇ ਆਤਮਾ ਰਾਮ ਪਾਂਡੇ ਅਤੇ ਬੱਚੂ ਯਾਦਵ ਦੱਸਦੇ ਨੇ ਕਿ 15 ਸਾਲ ਪਹਿਲੇ ਤੱਕ ਪਿੰਡ ਦੇ ਵਿੱਚ ਸਭ ਕੁਝ ਠੀਕ ਸੀ। ਅਚਾਨਕ ਪਿੰਡ ਦੇ ਲੋਕਾਂ ਦੀ ਤਬੀਅਤ ਖਰਾਬ ਹੋਣ ਲੱਗੀ। ਪਿੰਡ ਦੀ ਸੁੱਧ ਲੈਣ ਕੋਈ ਵੀ ਅਧਿਕਾਰੀ ਤੱਕ ਨਹੀਂ ਵੜਿਆ। ਲੋਕਾਂ ਦਾ ਕਹਿਣਾ ਕਿ ਹੁਣ ਪਿੰਡ ਸਿਰਫ 4 ਲੋਕਾਂ ਦਾ ਹੀ ਹੈ। ਇਸ ਦੇ ਵਿੱਚ 70 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਨੇ। ਪਿੰਡ ਪੂਰੀ ਤਰ੍ਹਾਂ ਦੇ ਨਾਲ ਖੰਡਰ ਦੇ ਵਿੱਚ ਤਬਦੀਲ ਹੋ ਚੁੱਕਾ। ਲੋਕ ਇੱਕ ਇੱਕ ਕਰਕੇ ਆਪਣੇ ਘਰ ਛੱਡ ਕੇ ਚਲੇ ਗਏ ਨੇ।
ਪਰ ਨਾ ਹੀ ਪਿੰਡ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਅਤੇ ਨਾ ਹੀ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਪਿੰਡ ਦੇ ਲੋਕ ਪਿੰਡ ਛੱਡ ਕੇ ਕਿਉਂ ਬਚ ਰਹੇ ਨੇ। ਇੱਥੋਂ ਤੱਕ ਕਿ ਪਟਵਾਰੀ ਨੇ ਵੀ ਸੁੱਧ ਨਹੀਂ ਲਈ ਕਿ ਮਕਾਨ ਖਾਲੀ ਹੋਣ ਦੇ ਨਾਲ ਛੱਤਾਂ ਤੱਕ ਡਿੱਗ ਗਈਆਂ। ਇੱਕ ਹੈਂਡ ਪੰਪ ਲੱਗਿਆ ਹੋਇਆ, ਇੱਥੇ ਰਹਿਣ ਵਾਲੇ ਲੋਕ ਜਦ ਇਸ ਨੂੰ ਇਸਤੇਮਾਲ ਕਰਦੇ ਸੀ ਤਾਂ ਉਸਦੀ ਆਵਾਜ਼ ਨੂੰ ਸੁਣ ਕੇ ਹੀ ਲੋਕ ਡਰਨ ਲੱਗਦੇ ਸੀ। ਬੱਚੂ ਯਾਦਵ ਤੇ ਆਤਮਾ ਰਾਮ ਦੀ ਮੰਨੀਏ ਤਾਂ ਪਿੰਡ ਦੇ ਵਿੱਚ ਸਿਰਫ 4 ਲੋਕ ਰਹਿੰਦੇ ਨੇ। ਇਹਨਾਂ ਦੇ ਵਿੱਚ ਇੱਕ ਚੌਕੀਦਾਰ ਹੈ, 2 ਪੰਡਿਤ ਸ਼ਾਮਲ ਨੇ। ਇਹਨਾਂ ਦਾ ਕਹਿਣਾ ਕਿ ਪਹਿਲੇ ਪਿੰਡ ਦੇ ਵਿੱਚ ਕਰੀਬ 100 ਘਰ ਸੀ ਤੇ ਕਾਫੀ ਜ਼ਿਆਦਾ ਲੋਕ ਰਹਿੰਦੇ ਸੀ। ਆਤਮਾ ਰਾਮ ਕਹਿੰਦੇ ਨੇ ਕਿ 15 ਸਾਲ ਪਹਿਲੇ ਪਿੰਡ ਦੇ ਵਿੱਚ ਭੂਤ ਪ੍ਰੇਤ ਦੇ ਕਰਕੇ ਲੋਕ ਪਰੇਸ਼ਾਨ ਹੋਣ ਲੱਗੇ। ਬੱਚੂ ਕਹਿੰਦੇ ਨੇ ਕਿ ਭੂਤ ਪ੍ਰੇਤ ਦੀ ਵਜ੍ਹਾ ਦੇ ਨਾਲ ਲੋਕਾਂ ਨੂੰ ਬਿਮਾਰੀਆਂ ਵੀ ਹੋਣ ਲੱਗੀਆਂ ਤਾਂ ਥੋੜ੍ਹੇ ਥੋੜ੍ਹੇ ਸਮੇਂ ਤੋਂ ਬਾਅਦ ਲੋਕਾਂ ਦੀ ਮੌਤ ਵੀ ਹੋ ਗਈ, ਜਿਸ ਤੋਂ ਬਾਅਦ ਲੋਕ ਇਸ ਪਿੰਡ ਨੂੰ ਛੱਡ ਕੇ ਚਲੇ ਗਏ ਤਾਂ ਅੱਜ ਇਹ ਪਿੰਡ ਪੂਰੀ ਤਰ੍ਹਾਂ ਦੇ ਨਾਲ ਵੀਰਾਨ ਹੋ ਗਿਆ।